ਸੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਸੀ ਜੋ ਰਾਜਪੁਰੇ ਵਿਖੇ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਪੰਜਾਬ ਦਾ ਉੱਘਾ ਗਾਇਕ ਦੀਪ ਸਿੱਧੂ ਨੇ ਜੋ ਉੱਥੇ ਮੋਰਚਾ ਸੰਭਾਲਿਆ ਹੋਇਆ ਉਹਦੇ ਨਾਲ ਗੱਲਬਾਤ ਹੋਈ ਸੀ। ਅਸੀਂ ਚਾਹੁੰਦੇ ਹਾਂ ਹਰ ਤਰ੍ਹਾਂ ਦੀ ਸਪੋਰਟ ਦਿੱਤੀ ਜਾਵੇ, ਮੋਰਲ ਸਪੋਰਟ ਵੀ ਵਿਸ਼ੇਸ਼ ਤੌਰ 'ਤੇ ਅਸੀਂ ਚਾਹੁੰਦੇ ਹਾਂ। ਜੇ ਸਾਨੂੰ ਉੱਥੇ ਲੰਗਰ ਦੀ ਸੇਵਾ ਮਿਲ ਜਾਵੇ ਤਾਂ ਅਸੀਂ ਰੈਗੂਲਰ ਜਿਹੜਾ ਲੰਗਰ ਹੈ ਉੱਥੇ ਹੀ ਚਾਲੂ ਕਰਨਾ ਚਾਹੁੰਦੇ ਹਾਂ ਅਤੇ ਬਾਕੀ ਉੱਥੇ ਜਾ ਕੇ ਪਤਾ ਲੱਗੂ ਪ੍ਰਬੰਧਕ ਕੀ ਚਾਹੁੰਦੇ ਆ, ਅਸੀਂ ਉਹਨਾਂ ਦੀ ਹਰ ਤਰ੍ਹਾਂ ਨਾਲ ਸਪੋਰਟ ਕਰਨ ਜਾ ਰਹੇ ਹਾਂ। ਦੂਸਰਾ ਮੈਂ ਬੇਨਤੀ ਕਰਾਂ ਕਿ ਜੋ ਸੈਂਟਰ ਗੌਰਮੈਂਟ ਨੇ ਇਹ 3 ਬਿੱਲ ਪਾਸ ਕੀਤੇ ਆ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ 31 ਜਥੇਬੰਦੀਆਂ ਇਕੱਠੀਆਂ ਹੋਈਆਂ, ਇਹਨਾਂ 'ਚ ਬੜੀਆਂ ਪੁਰਾਣੀਆਂ ਜਥੇਬੰਦੀਆਂ ਔਰ ਬੜੇ ਸਿਆਣੇ ਇਹ ਕਿਸਾਨ ਹੈਗੇ ਆਗੂ ਜਿਹਨਾਂ ਦੀਆਂ ਅਸੀਂ ਇੰਟਰਵਿਊ ਸੁਣੀਆਂ ਅਤੇ ਪਰਸਨਲ ਤੌਰ 'ਤੇ ਵੀ ਕਈਆਂ ਨੂੰ ਜਾਣਦੇ ਹਾਂ, ਉਹ ਬੜੇ ਉਹਨਾਂ ਨੇ ਇਸ ਗੱਲ 'ਤੇ ਅਨਾਊਂਸਮੈਂਟ ਕੀਤਾ ਹੋਇਆ ਹੈ ਕਿ ਜਿਹੜੇ ਇਹ ਬਿੱਲ ਇਸੇ ਤਰ੍ਹਾਂ ਹੀ ਰੂਬਰੂ ਲਾਗੂ ਹੋ ਗਏ ਅਤੇ ਇਹ ਸਾਡੀ ਮੌਤ ਦੇ ਵਰੰਟ ਹੈ, ਜਿਹੜਾ ਪੰਜਾਬ ਦੀ ਤਬਾਹੀ ਹੈ, ਪੰਜਾਬ ਦੀ ਤਬਾਹੀ ਦੇ ਨਾਲ ਫਿਰ ਹਿੰਦੁਸਤਾਨ ਦੀ ਤਬਾਹੀ ਹੈ। ਇਸ ਕਰਕੇ ਜੋ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਬਲਕਿ ਸਮੁੱਚੇ ਪੰਜਾਬੀਆਂ ਦੀ ਔਰ ਹਿੰਦੁਸਤਾਨ ਦੇ ਸਮੁੱਚੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦਿਆਂ ਹੋਇਆਂ ਇਹ ਬਿੱਲ ਤੁਰੰਤ ਵਾਪਸ ਲੈ ਲੈਣੇ ਚਾਹੀਦੇ ਆ। ਕੇਵਲ ਮੀਟਿੰਗਾਂ ਕਰਨ ਦਾ ਢੌਂਗ ਨਹੀਂ ਕਰਨਾ ਚਾਹੀਦਾ, ਜੇ ਮੀਟਿੰਗ ਕਰਨੀ ਹੈ ਤਾਂ ਉਹਦੇ ਵਿੱਚ ਸਾਰਥਕ ਹੱਲ ਪਹਿਲਾਂ ਹੀ ਕੱਢ ਕੇ ਰੱਖਣਾ ਚਾਹੀਦਾ ਅਤੇ ਜਾ ਕੇ ਕਹੇ ਕਿ ਕਿਸਾਨ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ। ਜਿਵੇਂ ਤੁਸੀਂ ਕਹੋਗੇ ਜਿਹੜਾ ਬਿੱਲ ਤੁਹਾਨੂੰ ਪ੍ਰਵਾਨ ਹੈ ਉਹ ਪਾਸ ਹੋਏਗਾ, ਜਿਹੜਾ ਨਹੀਂ ਪ੍ਰਵਾਨ ਉਹ ਨਹੀਂ ਪਾਸ ਹੋਏਗਾ, ਤਾਂ ਹੀ ਇਹ ਮਸਲਾ ਹੱਲ ਹੋ ਸਕਦਾ। ਸੋ ਜਿੱਥੇ ਜਿੱਥੇ ਵੀ ਕਿਸਾਨ ਬੈਠੇ ਆ, ਜਿੰਨੀਆਂ ਵੀ ਜਥੇਬੰਦੀਆਂ, ਫੈਸਲਾ ਉਹਨਾਂ ਨੇ ਕਰਨਾ, ਅਸੀਂ ਹਰ ਤਰ੍ਹਾਂ ਉਹਨਾਂ ਦੇ ਨਾਲ ਹੈ। ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਡਾ ਕੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਿੱਥੇ ਸਾਡਾ ਕਿਸਾਨ ਵਿੰਗ ਉਸ 31 ਜਥੇਬੰਦੀਆਂ ਦਾ ਇੱਕ ਹਿੱਸਾ ਵੀ ਹੈ ਅਤੇ ਉੱਥੇ ਅਸੀਂ ਸਮੁੱਚੇ ਤੌਰ 'ਤੇ ਉਹਨਾਂ ਦੇ ਨਾਲ ਹਮਾਇਤ ਕਰਦੇ ਹਾਂ। ਸੰਸਥਾ ਨੂੰ ਜੋ ਸ਼ੰਭੂ ਬਾਰਡਰ 'ਤੇ ਭਾਰਤ ਦੀ ਸਰਕਾਰ ਨੇ ਕਿਸਾਨਾਂ ਦੇ ਉਲਟ ਪੂਰੇ ਦੇਸ਼ ਵਿੱਚ ਜੋ ਕਿਸਾਨ ਹਨ ਸਿੱਖ ਹਨ, ਜਿਹੜੇ ਕਿਸਾਨ ਹਨ ਉਹ ਸਿੱਖ ਵੀ ਹਨ, ਉਹਨਾਂ ਵਾਸਤੇ ਜੋ 3 ਆਰਡੀਨੈਂਸ ਪਾਸ ਕੀਤੇ ਹਨ ਕਿਸਾਨਾਂ ਦਾ ਗਲਾ ਘੁੱਟਣ ਵਾਸਤੇ, ਸ਼ੰਭੂ ਬਾਰਡਰ ਦੇ ਉੱਪਰ ਜਿਨ੍ਹਾਂ ਨੌਜਵਾਨਾਂ ਨੇ ਇਹ ਮੋਰਚਾ ਲਾਇਆ ਹੋਇਆ ਹੈ, ਮੈਂ ਸਮੁੱਚੇ ਨੌਜਵਾਨਾਂ ਨੂੰ ਪ੍ਰਬੰਧਕਾਂ ਨੂੰ ਜਿੱਥੇ ਧੰਨਵਾਦ ਕਰਦਾ, ਉੱਥੇ ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਜਿਸ ਕਾ ਕਾਰਜ ਤਿਨ ਹੀ ਕੀਆ ਮਾਣਸ ਪਿਆਵੇ ਚਾਰਾ ਰਾਮ, ਦਾਸ ਆਪਣੇ ਕੋਲੋਂ ਬਹੁਤਾ ਕੁਝ ਨਹੀਂ ਕਹੂਗਾ ਕਿਉਂਕਿ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹਿਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਹਨ, ਉਹਨਾਂ ਦੇ ਨਾਲ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ, ਉਹਨਾਂ ਦੇ ਨਾਲ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਜਹਿਦਾਰ ਕਿਰਪਾ ਸਿੰਘ ਜੀ ਪਹੁੰਚੇ ਹਨ, ਉੱਥੇ ਮਿਸ਼ਨ ਸ਼ਹੀਦਾਂ ਤਰਨ ਦਲ ਦੇ ਮੁਖੀ ਜਥੇਦਾਰ ਬਾਬਾ ਨਿਹੰਗ ਸਿੰਘ ਜੀ, ਸਵਰਨਜੀਤ ਸਿੰਘ ਜੀ ਪਹੁੰਚੇ ਹਨ, ਜਹਿਦਾਰ ਗੁਰਸੇਵਕ ਸਿੰਘ ਜੀ, ਹਰਪਾਲ ਜੀ ਪਹੁੰਚੇ ਹਨ, ਉੱਥੇ ਜਹਿਦਾਰ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਪਹੁੰਚੇ ਹਨ। ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਲਗਭਗ 31 ਜਥੇਬੰਦੀਆਂ ਨੇ ਮਿਲ ਕੇ ਵੱਖ ਵੱਖ ਥਾਵਾਂ 'ਤੇ ਬੜੀ ਦ੍ਰਿੜਤਾ ਦੇ ਨਾਲ ਮੋਰਚੇ ਲਾਏ ਹਨ, ਰੇਲਾਂ ਬੰਦ ਕੀਤੀਆਂ ਹਨ ਅਤੇ ਜਿਹੜੇ ਵੱਡੇ ਵੱਡੇ ਘਰਾਣਿਆਂ ਨੇ ਪੰਜਾਬ ਨੂੰ ਘੁਣਵਾਂ ਖਾਣ ਦੀਆਂ ਸਕੀਮਾਂ ਬਣਾਈਆਂ, ਉਹਨਾਂ ਦੇ ਆਰਥਿਕ ਅਦਾਰੇ
ਚੀਰਨ ਵਾਸਤੇ ਪ੍ਰੋਗਰਾਮ ਲਿਖੇ ਹਨ। ਅਸੀਂ ਸਮੁੱਚੇ ਤੌਰ 'ਤੇ ਇਸ ਮੰਚ ਤੋਂ ਬੇਨਤੀ ਕਰਨ ਵਾਸਤੇ ਆਏ ਕਿ ਸਾਨੂੰ ਵੀ ਥੋੜ੍ਹੀ ਬਹੁਤੀ ਸੇਵਾ ਦੇ ਵਿੱਚ ਹਿੱਸਾ ਪਾਉਣ ਦਾ ਮੌਕਾ ਦਿੱਤਾ ਜਾਵੇ। ਉਹ ਜਿਵੇਂ ਵੀ ਜਿਸ ਤਰ੍ਹਾਂ ਦੀ ਵੀ ਇਸ ਮੰਚ ਵੱਲੋਂ ਸੇਵਾ ਮਿਲੇਗੀ ਅਥਵਾ ਅਸੀਂ ਆਪਣੇ ਤੌਰ 'ਤੇ ਆਪਣੀ ਮਰਜ਼ੀ ਨਾਲ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਬੰਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ। ਬਲਕਿ ਸਮੁੱਚੇ ਪੰਜਾਬ ਵਿੱਚ ਜਿੱਥੇ ਵੀ ਪੰਜਾਬ ਦੇ ਕਿਸਾਨਾਂ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਕਿਤੇ ਵੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ, ਲੰਗਰ ਦੀ ਸੇਵਾ ਹੋਵੇ, ਸੰਗਤ ਪਹੁੰਚਾਉਣ ਦੀ ਸੇਵਾ ਹੋਵੇ, ਕਿਉਂਕਿ ਦਾਸ ਦੇ ਨਾਲ ਅੱਜ ਵੀ ਅਸੀਂ ਇਸ ਮਨਸਾ ਦੇ ਨਾਲ ਆਏ ਸੀ। ਸਾਰ ਸੇਵਾ ਵਾਲੇ ਉੱਤੇ ਮਹਾਂਪੁਰਖ ਜਿਹੜੇ ਸੰਘਰਸ਼ ਵਿੱਚ ਵੀ ਰਹੇ, ਬਾਬਾ ਅਮਰੀਕ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਸਵਰਨਜੀਤ ਸਿੰਘ ਜੀ, ਬਾਬਾ ਕ੍ਰਿਸ਼ਨ ਸਿੰਘ ਜੀ, ਕਿਸੇ ਤਰ੍ਹਾਂ ਪ੍ਰਦੇਸ਼ ਆਗੂ ਭਾਈ ਹਰਪਾਲ ਕੌਰ ਜੀ, ਗੁਰਸੇਵ ਸਿੰਘ, ਮੈਂ ਸਾਰਿਆਂ ਦੇ ਨਾਲ ਸਲਾਹ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇੱਕ ਸੇਵਾ ਮੰਗਣੀ ਹੈ, ਸਿਖਾਉਂਗੇ ਅਸੀਂ ਉਹ ਸੇਵਾ ਕਰਾਂਗੇ। ਇੰਟਰਨੈਸ਼ਨਲ ਪੰਥਕ ਦਲ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਨਾਲ ਸਲਾਹ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਸੇਵਾ ਲਈ ਹੈ 19 ਤਰੀਕ ਨੂੰ ਨੌਜਵਾਨਾਂ ਦਾ ਬਹੁਤ ਵੱਡਾ ਜੱਥਾ ਇਸ ਮੰਚ ਦੇ ਉੱਪਰ ਆਏਗਾ, ਸੇਵਾ ਕਰੇਗਾ, ਵਿਚਾਰ ਸੁਣੇਗਾ।